ਗੁਰਮਖ ਪਿਆਰੇ ਸਵਾਲ ਕਰਦੇ ਨੇ ਕਿ ਇੰਨਾ ਜ਼ਿਆਦਾ ਵਿਰਾਗ ਕਿਉਂ ਹੁੰਦਾ ਹੈ ਵਾਹਿਗੁਰੂ ਜੀ ਵਿਰਾਗ ਆਪਾਂ ਦੋ ਤਰ੍ਹਾਂ ਦੇ ਕਹਿ ਸਕਦੇ ਹਾਂ ਇੱਕ ਤਾਂ ਮਾਲਕ ਦੇ ਪ੍ਰਤੀ ਕਿ ਜਦੋਂ ਸਾਡਾ ਮਨ ਮਾਲਕ ਦੇ ਪ੍ਰਤੀ ਵਿਛੋੜਾ ਮਹਿਸੂਸ ਕਰਦਾ ਆ ਇਸ ਨੂੰ ਥੋੜੀ ਜਹੀ ਸਮਝ ਆ ਜਾਂਦੀ ਹੈ ਜਾਂ ਕੋਈ ਨਾ ਕੋਈ ਗੁਰਬਾਣੀ ਦੇ ਸ਼ਬਦ ਦੀ ਝੋਟ ਵੱਜਦੀ ਹੈ ਤੇਈ ਵਾਰੇ ਪਾ ਕੀਰਤਨ ਸੁਣਦੇ ਹਾਂ ਜਾਂ ਕੋਈ ਸ਼ਬਦ ਸੁਣਦੇ ਹਾਂ ਗੁਰਬਾਣੀ ਦਾ ਉਹ ਸਾਨੂੰ ਸਮਝ ਆ ਜਾਂਦਾ ਅਰਥ ਸਮਝ ਆ ਜਾਂਦੇ ਨੇ ਫਿਰ ਸਾਨੂੰ ਵਿਛੋੜਾ ਮਹਿਸੂਸ ਹੁੰਦਾ ਹੈ ਤੇ ਫਿਰ ਸਾਨੂੰ ਵਿਰਾਗ ਹੁੰਦਾ ਹੈ ਇੱਕ ਤਾਂ ਇਹ ਵਿਰਾਗ ਹੋ ਗਿਆ ਇੱਕ ਵਾਇਗਰੂ ਆਪਾਂ ਦੁਨਿਆਵੀ ਤੌਰ ਤੇ ਕਈ ਤਰ੍ਹਾਂ ਦੇ ਵਿਰਾਗ ਹੋ ਸਕਦੇ ਨੇ ਮਤਲਬ ਆਪਾਂ ਨੂੰ ਕਈ ਤਰ੍ਹਾਂ ਦੀ ਤਕਲੀਫ ਹੋ ਸਕਦੀ ਹੈ ਮਤਲਬ ਸਿੱਧਾ-ਸਿੱਧਾ ਗੱਲ ਕਰੀਏ ਤਾਂ ਇੱਕ ਆਤਮਿਕ ਤੌਰ ਤੇ ਵਿਛੋੜੇ ਦਾ ਵਿਰਾਗ ਇੱਕ ਦੁਨਿਆਵੀ ਵਿਰਾਗ ਹੁਣ ਦੁਨਿਆਵੀ ਵਿਰਾਗ ਕਿਹੇ ਤਰ੍ਹਾਂ ਦੇ ਹੁੰਦੇ ਨੇ ਸਾਡੇ ਸਰੀਰ ਨੂੰ ਲੈ ਕੇ ਜਾਂ ਕੋਈ ਬਾਕੀ ਦੇ ਸਰੀਰਾਂ ਨੂੰ ਲੈ ਕੇ ਜਾਂ ਕਾਰੋਬਾਰ ਨੂੰ ਲੈ ਕੇ ਜਾਂ ਆਪਣੀ ਪੜ੍ਹਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਰਾਗ ਹੋ ਸਕਦੇ ਨੇ ਤੇ ਇਸ ਨੂੰ ਆਪਾਂ ਚੈੱਕ ਜ਼ਰੂਰ ਕਰਨਾ ਹੈ ਜਦੋਂ ਸਾਨੂੰ ਵਿਰਾਗ ਆ ਰਿਹਾ ਹੈ ਤਾਂ ਸਾਨੂੰ ਪਤਾ ਹੋਵੇਗਾ ਕਿ ਇਹ ਵਿਰਾਗ ਕਿਹੜਾ ਹੈ ਆਤਮਿਕ ਹੈ ਮਾਲਕ ਦੇ ਪ੍ਰਤੀ ਆ ਰਿਹਾ ਵਾਹਿਗੁਰੂ ਦੇ ਪ੍ਰਤੀ ਆ ਰਿਹਾ ਜਾਂ ਦੁਨਿਆਵੀ ਕਿਸੇ ਇੱਛਾ ਪੂਰੀ ਹੋਈ ਜਾਂ ਨਾ ਪੂਰੀ ਹੋਣ ਕਰਕੇ ਆ ਰਿਹਾ ਆਪਣੇ ਧੀ ਪੁੱਤ ਦੇ ਕਾਰਨ ਆ ਰਿਹਾ ਆਪਣੇ ਮਾਪਿਓ ਦੇ ਕਰਕੇ ਆ ਰਿਹਾ ਤੇ ਇਹ ਆਪਾਂ ਚੈੱਕ ਕਰਨਾ ਹੈ ਆਪਾਂ ਖੁਦ ਇਸ ਨੂੰ ਚੈੱਕ ਕਰ ਸਕਦੇ ਹਾਂ ਚੈੱਕ ਕਰਨ ਦਾ ਇਹ ਤਰੀਕਾ ਇਹ ਹੈ ਕਿ ਜਦੋਂ ਵਿਰਾਗ ਹੁੰਦਾ ਹੈ ਉਦੋਂ ਆਪਾਂ ਦੇਖਣਾ ਹੁੰਦਾ ਹੈ ਕਿ ਇਹ ਕਿਹੜਾ ਵਿਰਾਗ ਹੈ ਤੇ ਜੇ ਸਾਨੂੰ ਕਿਸੇ ਦੁਨਿਆਵੀ ਇੱਛਾ ਜਾਂ ਦੁੱਖ ਦੇ ਕਰਕੇ ਵਿਰਾਗ ਆ ਰਿਹਾ ਤਾਂ ਉਹ ਟੈਂਪਰੇਰੀ ਆ ਹੁਣ ਦੁਨਿਆਵੀ ਦੁੱਖ ਟੈਂਪਰਰੀ ਕਿਉਂ ਹੈ ਕੋਈ ਚੀਜ਼ ਹੈ ਜੋ ਸਾਡੀ ਇੱਛਾ ਦੇ ਮੁਤਾਬਿਕ ਨਹੀਂ ਹੋਈ ਤੇ ਅਸੀਂ ਉਦੋਂ ਵਿਰਾਗ ਕਰਦੇ ਹਾਂ ਪਰ ਜਦੋਂ ਅਸੀਂ ਕਿਤੇ ਸੰਗਤ 'ਚ ਜਾਂਦੇ ਹਾਂ ਪਾਠ ਕਰਕੇ ਅਸੀਂ ਆਪਣੀ ਉਹ ਇੱਛਾ ਪੂਰੀ ਕਰਵਾ ਲੈਂਦੇ ਹਾਂ ਮਾਲਕ ਦੇ ਕੋਲ ਫਿਰ ਸਾਡਾ ਉਹ ਵਿਰਾਗ ਵੀ ਖਤਮ ਹੋ ਜਾਂਦਾ ਸਾਡੀ ਇੱਛਾ ਪੂਰੀ ਹੋ ਗਈ ਸਾਡਾ ਦੁੱਖ ਦੂਰ ਹੋ ਗਿਆ ਸਾਡਾ ਉਹ ਵਿਰਾਗ ਵੀ ਖਤਮ ਹੋ ਗਿਆ ਫਿਰ ਅਸੀਂ ਉਹ ਪਾਠ ਵੀ ਘਟਾ ਦੰਨੇ ਆ ਜੇ ਅਸੀਂ ਸੰਗਤ ਕਰਦੇ ਆ ਤਾਂ ਸੰਗਤ ਵੀ ਘਟਾ ਦੰਨੇ ਆ ਜਾਂ ਜੇ ਅਸੀਂ ਸਿਮਰਨ ਵੀ ਸ਼ੁਰੂ ਕੀਤਾ ਸੀ ਤਾਂ ਫਿਰ ਅਸੀਂ ਉਹ ਇੱਛਾ ਪੂਰੀ ਹੋਣ ਕਰਕੇ ਸਿਮਰਨ ਵੀ ਘਟਾ ਦੰਨੇ ਆ ਤੇ ਦੂਸਰਾ ਜੋ ਵਿਰਾਗ ਹੈ ਆਤਮਿਕ ਵਿਰਾਗ ਹੈ ਉਹ ਮਾਲਕ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਫਿਰ ਵਿਛੋੜਾ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਪਿਤਾ ਤੋਂ ਵਿਛੜੇ ਹੋਏ ਹਾਂ ਫਿਰ ਅੰਦਰੋਂ ਅਥਰੂ ਨਿਕਲਦੇ ਨੇ ਹੰਝੂ ਨਿਕਲਦੇ ਨੇ ਅੱਖਾਂ ਪਰ ਆਉਂਦੀਆਂ ਨੇ ਏ ਜੋ ਵਿਰਾਗ ਆਵੇਗਾ ਅੱਖਾਂ ਚੋਂ ਪਾਣੀ ਆਵੇਗਾ ਸਿਰਫ ਮਿਲਾਪ ਵਾਸਤੇ ਆਵੇਗਾ ਕਿ ਮੇਰਾ ਵੀ ਮਿਲਾਪ ਹੋ ਜਾਵੇ ਇਹ ਵਿਰਾਗ ਬਿਲਕੁਲ ਸਹੀ ਵਿਰਾਗ ਹੈ ਜੇ ਵਿਰਾਗ ਆ ਗਿਆ ਮਾਲਕ ਦੇ ਪ੍ਰਤੀ ਫਿਰ ਜਦੋਂ ਉਹ ਸੰਗਤ ਕਰੇਗਾ ਸਿਮਰਨ ਕਰੇਗਾ ਤਾਂ ਆਖਰੀ ਸਵਾਸ ਤੱਕ ਉਹ ਨਹੀਂ ਛੱਡੇਗਾ ਸੰਗਤ ਵੀ ਨਹੀਂ ਛੱਡੇਗਾ ਤੇ ਸਿਮਰਨ ਵੀ ਨਹੀਂ ਛੱਡੇਗਾ ਜੇ ਮਾਲਕ ਦੇ ਪ੍ਰਤੀ ਇੱਕ ਵਾਰੀ ਵਿਰਾਗ ਆ ਗਿਆ ਕਿ ਨਾਮ ਅਭਿਆਸੀ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਜੋ ਮੇਰੇ ਮਨ ਦੀ ਆਤਮਿਕ ਤੌਰ ਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਇੱਛਾ ਪੈਦਾ ਹੋਈ ਆ ਵਿਰਾਗ ਨਿਕਲਿਆ ਆ ਹੰਝੂ ਨਿਕਲੇ ਨੇ ਇਹ ਇੱਛਾ ਕਿੱਥੇ ਜਾ ਕੇ ਪੂਰੀ ਹੋਣੀ ਹੈ ਸਿਮਰਨ ਦੇ ਨਾਲ ਇਹ ਇੱਛਾ ਕਿੱਥੇ ਪੂਰੀ ਹੋਣੀ ਹੈ ਸੰਗਤ ਦੇ ਵਿੱਚ ਜਾ ਕੇ ਸਿਮਰਨ ਕਰਨ ਦੇ ਨਾਲ ਨਾਮ ਸੁਣਨ ਦੇ ਨਾਲ ਤਾਂ ਕਰਕੇ ਉਹ ਆਖਰੀ ਸਵਾਸ ਤੱਕ ਨਾ ਸੰਗਤ ਛੱਡੇਗਾ ਤੇ ਨਾ ਹੀ ਸਿਮਰਨ ਛੱਡੇਗਾ ਇਸ ਵਾਸਤੇ ਸਾਨੂੰ ਰੋਜ਼ ਨਾਮ ਦੇ ਵਿੱਚ ਧਿਆਨ ਲਾਉਣਾ ਹੀ ਪੈਣਾ ਹੈ ਧਿਆਨ ਲਾਉਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਹ ਸੋਚ ਲਾਂਗੇ ਕਿ ਫੇਰ ਕਿੱਥੇ ਕਰ ਲਾਂਗੇ ਹਜੇ ਤਾਂ ਸਾਡੀ ਉਮਰ ਨਹੀਂ ਹੈਗੀ ਆ ਨਾਮ ਸਿਮਰਨ ਕਰਨ ਦੀ ਧਿਆਨ ਵਿੱਚ ਬਿਠਣ ਦੀ ਹਜੇ ਤਾਂ ਅਸੀਂ ਬਥੇਰੇ ਹੋਰ ਦੁਨਿਆਵੀ ਕੰਮ ਕਰਨੇ ਨੇ ਤਾਂ ਇਹ ਕੰਮ ਕਰਨਾ ਬਹੁਤ ਔਖਾ ਹੈ ਜਾਦਸੀ ਹੁਣ ਹੀ ਆਪਣਾ ਧਿਆਨ ਨੇ ਜੋੜ ਸਕਦੇ ਤਾਂ ਆਖਰੀ ਸਮੇਂ ਜਾ ਕੇ ਬੁਢੇਪੇ ਵਿੱਚ ਜਾ ਕੇ ਬਜ਼ੁਰਗ ਹੋ ਕੇ ਨਾ ਸਾਡੀ ਰਸਨਾ ਕੰਮ ਕਰੇਗੀ ਨਾ ਨੇਤਰ ਨਾ ਕੰਨ ਨਾ ਸਾਡਾ ਸਰੀਰ ਸਾਥ ਦੇਵੇਗਾ ਕਿੱਥੇ ਬੈਠ ਕੇ ਅਸੀਂ ਸਿਮਰਨ ਕਰ ਲਾਂਗੇ ਆਹੀ ਉਮਰ ਹੈ ਜਦੋਂ ਸਾਨੂੰ ਸੋਚੀ ਆ ਜਾਂਦੀ ਹੈ ਫਟਾਫਟ ਸਿਮਰਨ ਕਰਨ ਤੇ ਲੱਗਣਾ ਹੈ ਫੇਰੇ ਸਾਡਾ ਆਖਰੀ ਸੁਵਾਸ ਸਮੇਂ ਧਿਆਨ ਮਾਲਕ ਦੇ ਵੱਲ ਜਾਊਗਾ ਇਹ बार-बार ਪ੍ਰੈਕਟਿਸ ਕਰਨ ਤੇ ਇਹ ਕਮਰਾ ਸੋਣਾ ਹੈ ਹੁਣ ਇਹਦੇ ਨਾਲ ਅਸੀਂ ਸੰਗਤ ਕਰਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਇਹ ਜੋ ਅੰਦਰੋਂ ਸ਼ਬਦ ਪੈਦਾ ਹੋਏ ਨੇ ਇਹ ਕਿਹੜੇ ਸ਼ਬਦ ਨੇ ਫਿਰ ਹੀ ਪਤਾ ਲੱਗੂਗਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਹੈ ਇਸੇ ਆਵਾਜ਼ ਨੇ ਸਾਨੂੰ ਧੁਰ ਸਿਰੇ ਲਾਉਣਾ ਹੈ ਇਸੇ ਕਰਕੇ ਆਪਾਂ ਇਸ ਨਾਮ ਨੂੰ ਬੈਠ ਬੈਠ ਕੇ ਧਿਆਨ ਦੇ ਵਿੱਚ ਬੈਠ ਕੇ ਸਹਜ ਵਿੱਚ ਵਿਚਰ ਕੇ ਅਸੀਂ ਇਸ ਨਾਮ ਨੂੰ ਸੁਣਨਾ ਹੁੰਦਾ ਹੈ ਸੁਣਨ ਦੇ ਨਾਲ ਹੀ ਸਾਡਾ ਪ੍ਰੇਮ ਵਧੇਗਾ ਪਿਆਰ ਵਧੇਗਾ ਇੱਕ ਸੰਗਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਹੋਰ ਵਿਰਾਗ ਹੁੰਦਾ ਹੈ ਉਹ ਗੁਰਮਖ ਵਿਰਾਗ ਕਰਦੇ ਨੇ ਉਹ ਜਦੋਂ ਮਿਲਾਪ ਹੋ ਵੀ ਜਾਂਦਾ ਹੈ ਫੇਰ ਵਿਰਾਗ ਕਰਦੇ ਨੇ ਇਹ ਅਗਲੀ ਅਵਸਥਾ ਦੇ ਵਿੱਚ ਹੁੰਦਾ ਹੈ ਤੇ ਗੁਰਮਖ ਦੱਸਦੇ ਨੇ ਕਿ ਅਕਾਲਪੁਰਖ ਵਾਹਿਗੁਰੂ ਅੱਗੇ ਪੁੱਛਦੇ ਨੇ ਕਿ ਪੁੱਤ ਹੁਣ ਕਿਉਂ ਤੁਸੀਂ ਰੋ ਰਹੇ ਹੋ ਵੀ ਹੁਣ ਤਾਂ ਤੁਸੀਂ ਮੈਨੂੰ ਮਿਲ ਲਿਆ ਤਾਂ ਫਿਰ ਗੁਰਮੁਖ ਪਿਆਰੇ ਦੱਸਦੇ ਨੇ ਕਿ ਉਹ ਵਿਰਾਗ ਸ਼ੁਕਰਾਨੇ ਦਾ ਹੁੰਦਾ ਹੈ ਧੰਨਵਾਦ ਕਰਦੇ ਹਾਂ ਕਿ ਪ੍ਰਮਾਤਮਾ ਮਾਲਕ ਤੁਹਾਡਾ ਧੰਨਵਾਦ ਜੇ ਤੁਸੀਂ ਸਾਨੂੰ ਉਹ ਤ੍ਰੈਗੁਣ ਮਾਇਆ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਮਿਲਾ ਲਿਆ ਉਹ ਖੁਸ਼ੀ ਦਾ ਵਿਰਾਗ ਹੁੰਦਾ ਹੈ ਕਹਿੰਦੇ ਗੁਰਮੁਖ ਪਿਆਰੇ ਧੰਨਵਾਦ ਕਰਦੇ ਨੇ ਕਿ ਜੇ ਤੁਸੀਂ ਕਿਰਪਾ ਨਾ ਕਰਦੇ ਤਾਂ ਤੁਹਾਨੂੰ ਅਸੀਂ ਕਿਵੇਂ ਮਿਲਣਾ ਸੀ ਨਹੀਂ ਮਿਲ ਸਕਦੇ ਸੀ ਹੁਣ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹਾਂ ਉੱਥੇ ਜੋ ਸੰਤ ਸਾਧ ਗੁਰਮਖ ਬੈਠੇ ਨੇ ਉਹ ਆਈ ਹੋਈ ਸੰਗਤ ਦਾ ਵਿਰਾਗ ਹੀ ਚੈੱਕ ਕਰਦੇ ਨੇ ਕਿ ਇਹ ਜੋ ਸੰਗਤ ਆਈ ਹੈ ਜੀ ਆਇਆ ਹੈ ਸੰਗਤ ਦੇ ਵਿੱਚ ਕਿਹੜਾ ਵਿਰਾਗ ਲੈ ਕੇ ਆਇਆ ਹੈ ਕਿਹੜੀ ਮੰਗ ਕਿਹੜੀ ਇੱਛਾ ਲੈ ਕੇ ਆਇਆ ਹੈ ਦੁਨਿਆਵੀ ਹੈ ਜਾਂ ਆਤਮਿਕ ਹੈ ਆਤਮਿਕ ਵਿਰਾਗ ਤੇ ਦੁਨਿਆਵੀ ਵਿਰਾਗ ਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ ਸੋ ਜਦੋਂ ਵੀ ਸਾਨੂੰ ਵਿਰਾਗ ਆਵੇ ਫਿਰ ਅਸੀਂ ਇਹ ਵੇਖ ਲੈਣਾ ਹੈ ਕਿ ਸਾਨੂੰ ਇਹ ਵਿਰਾਗ ਕਿਸ ਚੀਜ਼ ਦਾ ਆਉਂਦਾ ਪਿਆ ਜੇ ਤਾਂ ਸਾਨੂੰ ਵਿਰਾਗ ਆ ਰਿਹਾ ਮਾਲਕ ਦੇ ਪ੍ਰਤੀ ਤਾਂ ਫਟਾਫਟ ਹੋਰ ਬਾਕੀ ਸਾਰੇ ਕੰਮ ਛੱਡ ਕੇ ਅੱਜ ਕੱਲ YouTube ਦੇ ਉੱਤੇ ਬਹੁਤ ਵੀਡੀਓ ਨੇ ਬਹੁਤ ਗੁਰਮਖ ਨੇ ਜਿਨ੍ਹਾਂ ਦੇ ਆਪ ਸੰਗਤ ਕਰ ਸਕਦੇ ਹਾਂ ਤੇ ਫਟਾਫਟ ਆਪਣੇ ਸਭ ਤੋਂ ਲਾਗੇ ਦੇ ਗੁਰਮੁਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ ਜਿੱਥੇ ਨਾਮ ਸਿਮਰਨ ਅਭਿਆਸ ਸੱਚ ਦੀ ਗੱਲ ਕੀਤੀ ਜਾਂਦੀ ਹੈ ਨਾਮ ਦੇ ਨਾਲ ਜੋੜਿਆ ਜਾਂਦਾ ਹੈ ਟੁੱਟੀ ਗੰਢੀ ਜਾਂਦੀ ਹੈ ਫਟਾਫਟ ਆਪਣੀ ਸੰਗਤ ਜੁਆਇਨ ਕਰ ਲਓ ਜੇ ਆਤਮਿਕ ਵਿਰਾਗ ਹੈ ਜੇ ਸੰਸਾਰੀ ਵਿਰਾਗ ਹੈ ਫਿਰ ਉਹਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਉਹ ਤਾਂ ਹੋਰ ਥੋੜੇ ਸਮੇਂ ਤੱਕ ਇੱਛਾ ਪੂਰੀ ਹੋ ਜਾਣੀ ਫਿਰ ਵਿਰਾਗ ਵੀ ਖਤਮ ਹੋ ਜਾਣਾ ਕਿਉਂਕਿ ਦੁਨੀਆ ਦੇ ਵਿੱਚ ਦੁਨਿਆਵੀ ਤੌਰ ਤੇ ਨਾ ਦੁੱਖ ਹਮੇਸ਼ਾ ਰਹਿੰਦਾ ਨਾ ਸੁੱਖ ਹਮੇਸ਼ਾ ਰਹਿੰਦਾ ਇਹ ਉੱਪਰ ਥੱਲੇ ਹੁੰਦੇ ਰਹਿੰਦੇ ਨੇ ਤੇ ਜੇ ਆਤਮਿਕ ਵਿਰਾਗ ਆ ਰਿਹਾ ਤਾਂ ਗੁਰਮੁਖ ਪਿਆਰੇ ਦੱਸਦੇ ਹੁੰਦੇ ਨੇ ਕਿ ਉਸ ਵਿਰਾਗ ਨੂੰ ਅੰਦਰ ਨਹੀਂ ਦਬਾਉਣਾ ਇਕੱਲੇ ਬੈਠੋ ਮਾਲਕ ਨੂੰ ਯਾਦ ਕਰੋ ਅਤੇ ਜਿੱਦਾਂ ਆਪਾਂ ਪੂਰਾ ਖਿੜਖਿੜ ਕੇ ਹੱਸਦੇ ਆ ਇਸੇ ਤਰੀਕੇ ਖੁੱਲ੍ਹ ਕੇ ਵਿਰਾਗ ਕਰਨਾ ਚਾਹੀਦਾ ਹੈ ਫਿਰ ਮਾਲਕ ਨੇ ਆਪੇ ਸੰਗਤ ਬਖਸ਼ ਦੇਣੀ ਆ ਅੱਜ ਦਾ ਜੋ ਸਵਾਲ ਹੈ ਉਹ ਇਹ ਹੈ ਕੀ ਗੁਰਵਾਣੀ ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਸੁਰਾ ਸੋ ਪਹਿਚਾਣੀਏ ਜੋ ਲਰੇ ਦੀਨ ਕੇ ਹੇਤ ਬਾਣੀ ਦੇ ਰਚਨਾ ਕਰਤਾ ਕੌਣ ਹਨ অপਸ਼ਨ ਏ ਸੰਤ ਕਬੀਰ ਜੀ অপਸ਼ਨ ਬੀ ਸੰਤ ਨਾਮਦੇਵ ਜੀ অপਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ অপਸ਼ਨ ਡੀ ਧੰਨਾ ਭਗਤ ਜੀ ਤੁਸੀਂ ਆਪਣਾ ਜਵਾਬ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ